ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼, ਜਿਹੜੀ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ। ਇਸ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਆਖਰ ਕਸੂਰ ਕਿਸਦਾ। ਇੱਕ ਪਾਸੇ ਤਾਂ ਪਖੰਡੀਆਂ ਨੇ ਜਿਹੜੇ ਆਪਣੇ ਪਖੰਡਵਾਦ ਫੈਲਾਏ ਹੋਏ ਨੇ, ਉਹ ਵੱਖਰੀ ਗੱਲ ਹੈ, ਪਰ ਦੂਜੇ ਪਾਸੇ ਜਿਹੜੀਆਂ ਤੁਹਾਡੀਆਂ ਧੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਨੇ, ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਬਰਦਾਸ਼ਤ ਕਰ ਲੈਂਦੇ ਹੋ? ਜਦੋਂ ਤੁਹਾਡੀ ਰਾਹ ਜਾਂਦੀ ਕਿਸੇ ਧੀ ਭੈਣ ਨੂੰ ਛੇੜ ਦਿੱਤਾ ਜਾਂਦਾ, ਕੋਈ ਕਮੈਂਟ ਕੀਤਾ ਜਾਂਦਾ, ਤਾਂ ਤੁਸੀਂ ਸਾਰਾ ਟੱਬਰ ਇਕੱਠੇ ਹੋ ਕੇ ਉਸਦੇ ਗਲ ਪੈ ਜਾਂਦੇ ਹੋ, ਕੁੱਟਮਾਰ ਕਰਦੇ, ਉਸਨੂੰ ਮਾਰਨ ਤੱਕ ਵੀ ਜਾਂਦੇ ਹੋ। ਪਰ ਜਿਹੜੇ ਪਖੰਡੀਆਂ ਕੋਲ ਤੁਸੀਂ ਆਪਣੀਆਂ ਧੀਆਂ ਨੂੰ ਭੇਜਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀਆਂ ਧੀਆਂ ਉੱਥੇ ਸੇਫ ਨੇ? ਜੇਕਰ ਇਹ ਲੱਗਦਾ ਤਾਂ ਵੀਡੀਓ ਦੇਖ ਕੇ ਤੁਹਾਡਾ ਵਹਿਮ ਹੈ ਜ਼ਰੂਰ ਨਿਕਲ ਜਾਊਗਾ। ਜਿੱਥੇ ਦੇਖਿਆ ਜਾ ਰਿਹਾ ਕਿ ਪਖੰਡੀ ਦੇ ਵੱਲੋਂ ਇੱਕ ਜਿਹੜੀ ਲੜਕੀ ਆ, ਕੁਆਰੀ ਆ, ਉਮਰ ਵੀ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਹੋ ਸਕਦੀ ਆ, ਉਹਦਾ ਹੱਥ ਫੜੀ ਬੈਠਾ, ਤਾਂ ਇਹ ਕਿਹੜਾ ਜਿਹੜਾ ਕਿ ਇਸਦੇ ਵਿੱਚ ਭੂਤ ਕੱਢ ਰਿਹਾ ਜਾਂ ਕਿਹੜਾ ਇਲਾਜ ਕਰ ਰਿਹਾ ਜਿਹੜਾ ਹੱਥ ਫੜ ਕੇ ਕੀਤਾ ਜਾ ਸਕਦਾ? ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਕਿਉਂ ਨਹੀਂ ਸੋਚਦੇ ਕਿ ਇਹਨਾਂ ਪਖੰਡੀਆਂ ਦੇ ਕੋਲ ਕੀ ਕੁਝ ਹੋ ਸਕਦਾ ਹੈ? ਕਿਉਂ ਤੁਸੀਂ ਆਪਣੀਆਂ ਕੁਆਰੀਆਂ ਧੀਆਂ ਨੂੰ ਇਹਨਾਂ ਪਖੰਡੀਆਂ ਦੇ ਕੋਲ ਭੇਜ ਰਹੇ ਹੋ? ਕੀ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਜਿਹੜਾ ਇਹ ਸ਼ੋਸ਼ਣ ਹੀ ਹੋ ਰਿਹਾ ਇੱਕ ਤਰੀਕੇ ਦਾ? ਤੁਸੀਂ ਖੁਦ ਆਪਣੀਆਂ ਧੀਆਂ ਨੂੰ ਪਖੰਡੀਆਂ ਦੇ ਕੋਲ ਭੇਜਦੇ ਹੋ, ਤਾਂ ਜਦੋਂ ਕੱਲ੍ਹ ਕੋਈ 19-21 ਗੱਲ ਹੋ ਜਾਂਦੀ ਹੈ, ਤਾਂ ਫਿਰ ਤੁਸੀਂ ਦਰਖਾਸਤਾਂ ਦੇਣ ਦੇ ਵਾਸਤੇ ਥਾਣੇ ਕਚਹਿਰੀਆਂ ਦੇ ਵਿੱਚ ਧੱਕੇ ਖਾਂਦੇ ਹੋ ਵੀ ਫਲਾਣੇ ਪਖੰਡੀ ਨੇ ਜਾਂ ਫਲਾਣੇ ਬਾਬੇ ਨੇ ਜੀ ਸਾਡੀ ਧੀ ਦੇ ਨਾਲ ਆਹ ਕੁਝ ਕਰਤਾ, ਸਾਡੀ ਧੀ ਦੇ ਨਾਲ ਇੱਦਾਂ ਹੋ ਗਿਆ, ਉਹਦੇ ਨਾਲ ਰੇਪ ਹੋ ਗਿਆ, ਉਹਦੇ ਨਾਲ ਛੇੜਛਾੜ ਹੋ ਗਈ, ਸਰੀਰਕ ਤੌਰ 'ਤੇ ਛੇੜਿਆ ਗਿਆ। ਕਿ ਸਭ ਤੋਂ ਪਹਿਲਾਂ ਗਲਤੀ ਤੁਹਾਡੀ ਨਹੀਂ ਕਿ ਤੁਸੀਂ ਪਖੰਡੀਆਂ ਦੇ ਕੋਲ ਆਪਣੀਆਂ ਕੁਆਰੀਆਂ ਧੀਆਂ ਨੂੰ ਭੇਜਦੇ ਹੋ? ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਇੱਥੇ ਸਭ ਤੋਂ ਪਹਿਲਾਂ ਗਲਤੀ ਤੁਹਾਡੀ ਹੈ? ਕਿਉਂਕਿ ਇਹਨਾਂ ਪਖੰਡੀਆਂ ਨੂੰ ਕੌਣ ਜਾਣਦਾ? ਜੇਕਰ ਜਿੱਥੇ ਮਾਂ ਪਿਓ ਜਾਣਗੇ, ਬੱਚੇ ਵੀ ਤਾਂ ਉੱਥੇ ਜਾਣਗੇ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਅਜਿਹੀਆਂ ਥਾਵਾਂ 'ਤੇ ਜਾਣ ਤੋਂ ਰੋਕੋਗੇ, ਤਾਂ ਬੱਚੇ ਜ਼ਰੂਰ ਰੁਕਣਗੇ। ਪਰ ਜੇ ਤੁਸੀਂ ਖੁਦ ਆਪਣੀਆਂ ਧੀਆਂ ਨੂੰ ਇਹਨਾਂ ਪਖੰਡੀਆਂ ਦੇ ਕੋਲ ਭੇਜੋਗੇ, ਤਾਂ ਫਿਰ ਉੱਥੇ ਜਾ ਕੇ ਅਜਿਹੀਆਂ ਹਰਕਤਾਂ ਤਾਂ ਹੋਣਗੀਆਂ, ਤਾਂ ਕਿਤੇ ਨਾ ਕਿਤੇ ਤੁਸੀਂ ਵੀ ਇੱਥੇ ਕਸੂਰਵਾਰ ਜ਼ਰੂਰ ਹੋ। ਜਦੋਂ ਕਿ ਤੁਹਾਨੂੰ ਪਤਾ ਹੈ ਕਿ ਪਖੰਡੀਆਂ ਦੇ ਕੋਲ ਕੁਝ ਵੀ ਨਹੀਂ, ਤੇ ਤੁਸੀਂ ਪਖੰਡਵਾਦ ਨੂੰ ਵਧਾਵਾ ਦੇਣ ਦੇ ਨਾਲ ਨਾਲ ਆਪਣੀ ਇੱਜ਼ਤਾਂ ਵੀ ਰੋਲਣ ਦੇ ਲੱਗੇ ਹੋਏ ਹੋ। ਕਿਉਂਕਿ ਇਸ ਤੋਂ ਪਹਿਲਾਂ ਅਸੀਂ ਕਈ ਖਬਰਾਂ ਅਜਿਹੀਆਂ ਵੀ ਲਗਾ ਸਕਦੇ ਜਿੱਥੇ ਪਖੰਡਵਾਦ ਨਾਂ ਦੇ ਉੱਤੇ ਜਿਹੜੇ ਕਿ ਕੁਆਰੀਆਂ ਕੁੜੀਆਂ ਦੇ ਨਾਲ ਰੇਪ ਤੱਕ ਹੋਏ ਨੇ, ਇਹਨਾਂ ਪਖੰਡੀਆਂ ਦੇ ਕੋਲ ਇਲਾਜ ਕਰਵਾਉਣ ਜਾਂਦੇ ਸੀ, ਤਾਂ ਇੱਕ ਮਸਲਾ ਸੀ ਜਿਸਦੇ ਵਿੱਚ ਦੇਖਿਆ ਗਿਆ ਸੀ ਕਿ ਉਹ ਉਸਦੇ ਘਰ ਗਈ ਸੀ ਕੁੜੀ, ਕਿ ਉਹਦੇ ਮਾਂ ਬਾਪ ਨੇ ਭੇਜੀ ਸੀ ਕਿ ਅਸੀਂ ਜਿਹੜਾ ਪਖੰਡੀਆ ਬਹੁਤ ਚੰਗਾ, ਉਹ ਕਹਿੰਦਾ ਵੀ ਤੁਹਾਡੀ ਕੁੜੀ ਦੀ ਤਰੱਕੀ ਹੋ ਸਕਦੀ ਹੈ, ਘਰ ਭੇਜ ਦਿਓ, ਇੱਦਾਂ ਕਰਕੇ ਅਸੀਂ ਪਾੜ ਪੂੜ ਕਰਾਂਗੇ, ਇਹ ਉਹ ਇੱਦਾਂ ਗੱਲ ਕਹਿ ਕੇ ਜਿਹੜਾ ਕਿ ਉੱਥੇ ਉਸਦੇ ਨਾਲ ਗਲਤ ਹਰਕਤ ਹੋਈ ਸੀ, ਜਿਸ ਤੋਂ ਬਾਅਦ ਉਹ ਮਾਪੇ ਥਾਣੇ ਪਹੁੰਚਦੇ ਨੇ। ਪਰ ਕੀ ਲੱਗਦਾ ਕਿ ਜਦੋਂ ਤੁਸੀਂ ਆਪ ਖੁਦ ਧੀਆਂ ਨੂੰ ਇਹਨਾਂ ਪਖੰਡੀਆਂ ਦੇ ਕੋਲ ਭੇਜਦੇ ਹੋ, ਤਾਂ ਤੁਹਾਡੀ ਸਭ ਤੋਂ ਪਹਿਲਾਂ ਗਲਤੀ ਹੈ? ਤਸਵੀਰਾਂ ਸਕਰੀਨ 'ਤੇ ਤੁਸੀਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪਖੰਡੀ ਆ ਪਖੰਡਵਾਦ ਦੇ ਨਾਂ 'ਤੇ ਉਸ ਲੜਕੀ ਦਾ ਹੱਥ ਫੜੀ ਬੈਠਿਆ, ਇਹ ਕਿੱਥੋਂ ਤੱਕ ਸਹੀ ਆ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਖੰਡਵਾਦ ਦੇ ਨਾਂ 'ਤੇ ਜਿਹੜੇ ਕਿ ਲੋਕਾਂ ਦੀਆਂ ਧੀਆਂ ਦੇ ਨਾਲ ਛੇੜਛਾੜ ਨਹੀਂ ਹੋ ਰਹੀ, ਪਰ ਕਸੂਰਵਾਰ ਮਾਪੇ ਵੀ ਨੇ ਜਿਹੜਾ ਇਹਨਾਂ ਪਖੰਡੀਆਂ ਦੇ ਕੋਲ ਆਪਣੀਆਂ ਧੀਆਂ ਨੂੰ ਭੇਜ ਰਹੇ ਨੇ? ਕੀ ਆ ਇਹਨਾਂ ਪਖੰਡੀਆਂ ਦੇ ਕੋਲ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾ ਕੇ ਇੱਥੇ ਬਹੁਤ ਕੁਝ ਹਾਸਲ ਕਰ ਲਵੋਗੇ? ਅੱਜ ਤੱਕ ਤੁਸੀਂ ਜੇ ਮੰਨ ਲਓ 2-3 ਸਾਲ ਹੋ ਵੀ ਗਏ ਤੁਹਾਨੂੰ ਪਖੰਡੀਆਂ ਦੇ ਗੇੜੇ ਕੱਟਦਿਆਂ ਨੂੰ, ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ ਕਮੈਂਟ ਕਰਕੇ, ਚਾਹੇ ਸਾਡੇ ਨਾਲ ਸਿੱਧਾ ਸੰਪਰਕ ਕਰ ਲਿਓ ਕਿ ਹਾਂ ਤੁਸੀਂ ਤੁਹਾਡੇ ਘਰ ਦੇ ਵਿੱਚ ਆਹ ਪਹਿਲਾਂ ਨਹੀਂ ਸੀਗਾ, ਆਹ ਕੰਮ ਨਹੀਂ ਸੀ ਹੁੰਦਾ, ਅਤੇ ਜਦੋਂ ਤੁਸੀਂ ਪਖੰਡੀਆਂ ਦੇ ਕੋਲ ਗਏ ਤਾਂ ਤੁਹਾਡੇ ਬਹੁਤ ਕੰਮ ਚੱਲਣ ਲੱਗ ਗਏ, ਤੁਹਾਡੇ ਟਰੱਕ ਪੈ ਗਏ ਜਾਂ ਕੁਝ ਵੀ ਤੁਹਾਨੂੰ ਤਰੱਕੀ ਹੋਈ ਆ, ਤਾਂ ਜ਼ਰੂਰ ਦੱਸਿਓ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਖੰਡਵਾਦ ਰੁਕੇ, ਪਖੰਡਵਾਦ ਨੂੰ ਵਧਾਵਾ ਨਾ ਦਿੱਤਾ ਜਾਵੇ। ਇਸ ਕਰਕੇ ਤੁਹਾਨੂੰ ਅਜਿਹੀਆਂ ਖਬਰਾਂ ਦਿਖਾਈਆਂ ਜਾਂਦੀਆਂ ਨੇ, ਅਜਿਹੀਆਂ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ, ਪਰ ਅਸੀਂ
ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜਿੰਨਾ ਹੋ ਸਕਦਾ ਇਹਨਾਂ ਪਖੰਡੀਆਂ ਤੋਂ ਬਚਿਆ ਕਰੋ, ਕਿਉਂ ਤੁਸੀਂ ਆਪਣੀ ਇੱਜ਼ਤ ਰੋਲਾਂ 'ਤੇ ਲੱਗੇ ਹੋਏ, ਇਹਨਾਂ ਪਖੰਡਵਾਦ ਦੇ ਵਿੱਚ ਕੁਝ ਵੀ ਨਹੀਂ ਰੱਖਿਆ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।